ਤੁਸੀਂ ਜੋਸ਼ ਤੋਂ ਨਾ ਅਸੀਂ ਵੀ ਜੋਸ਼ ਤੋਂ ਹਾਸੀਆਂ ਖੇਡਿਆ ਕਰਨ ਆਏ ਆ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਹਾੜਾ ਦੇ ਵਿੱਚ ਆ ਜਾਓ ਫਿਰ ਫਟਾਫਟ ਆ ਜਾਓ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅਸੀਂ ਅੱਜ ਕਰਾਂਗੇ ਹਾਸੀਆਂ ਖੇਡੀਆਂ ਤੇ ਜੋਸ਼ ਕਿੱਦਾਂ ਦਾ ਕੱਟ ਜੀ ਕਿੱਥੋਂ ਪਵਾਇਆ ਪਹਿਲਾਂ ਦੱਸ ਮੈਨੂੰ ਉਧਰ ਦੁਕਾਨ ਤੋਂ ਹੀ ਹੈ ਦੁਕਾਨ ਤੋਂ ਹੀ ਕਿਉਂ ਵੈਸੀ ਹਾਂਜੀ ਵਿਆਹ ਤੇ ਜਾਣਾ ਸੀ ਅੱਛਾ ਤੇ ਫਿਰ ਕੱਟ ਪਵਾ ਲੇ ਹਾਂਜੀ ਤੇ ਹੋਰ ਵੀ ਪਵਾਇਆ ਕਿਸੇ ਨੇ ਘਰੇ ਨਾ ਜੀ ਫਿਰ ਤੂੰ ਕਿਉਂ ਪਵਾਇਆ ਜੀ ਕਰਦੇ ਪਵਾਲੀ ਅੱਛਾ ਵਧੀਆ ਲੱਗਦੇ ਹਾਂਜੀ ਚਲੋ ਠੀਕ ਹੈ ਤੁਹਾਡਾ ਬੈਸਟ ਫਰੈਂਡ ਕਿਹੜਾ ਇੱਥੇ ਹੋਰ ਸੁਣਾਓ ਕਿਹੜੀ ਕਲਾਸ ਆਪਣੀ ਸਰ ਜੀ 6th ਤੁਸੀਂ ਨਹੀਂ ਪਵਾਏ ਕੱਟ ਕੁੱਟ ਉਹਨੇ ਪਵਾਇਆ ਨਹੀਂ ਸਰ ਜੀ ਤੁਹਾਨੂੰ ਵੀ ਵਧੀਆ ਲੱਗਦੇ ਕਿਉਂ आसमान की चक्कर आपे सेट कर दो जल जुल मोटरसाइकिल ला के वैसे तू आप चलिया होना मोटरसाइकिल बन गया ਕੀ ਉਮਰ ਹੈ ਆਪਣੀ ਮੇਰੀ 12 ਸਾਲ 12 ਸਾਲ 6 ਸਾਲ ਪਏ ਹਲੇ ਹੱਥ ਨਾਲ ਲਈ ਦੱਸਤਾ ਤੈਨੂੰ ਮੈਂ ਉਹ ਪੁਲਿਸ ਵਾਲਿਆਂ ਨੂੰ ਦੇਖ ਲੈ ਤੇਰੀ ਸ਼ਕਲ ਦੇਖ ਲਈ ਪੁਲਿਸ ਵਾਲਿਆਂ ਨੇ ਫੜ ਲੈਣਾ ਤੈਨੂੰ ਕਹਾੜਾ ਜੀ ਕਿੱਥੋਂ ਦੇ ਆਪਾਂ ਮੰਗਲੀਆਂ ਦੇ ਇੱਥੇ ਨੇੜੇ ਤੜੇ ਦੇ ਹਾਂਜੀ ਉਧਰ ਹੀ ਆ ਮੋਟਰਸਾਈਕਲ ਤੇ ਆਂਦੇ ਹੋ ਨਹੀਂ ਚਲੋ ਠੀਕ ਹੈ ਸੱਚ ਬੋਲ ਗਿਆ ਚੰਗਾ ਫਿਰ ਓਕੇ ਕੀ ਨਾਮ ਹੈ ਤੁਹਾਡਾ ਅਨੁਰਾਧਾ ਨੇੜੇ ਤੜੇ ਦੇ ਹੋ ਕੋੜੇ ਅੱਛਾ ਕੋੜੇ ਦੇ ਹੋ ਹਾਂਜੀ ਤੇ ਪੜਨ ਵਾਲੇ ਜੋ ਲੱਗਦੇ ਤੁਸੀਂ ਮੈਨੂੰ ਕਾਫੀ ਹਾਂਜੀ ਆਫ ਕੋਰਸ ਮੋਨੀਟਰ ਨਾ ਨਾ ਮੋਨੀਟਰ ਤਾਂ ਨਹੀਂ ਪਰ ਪੜਨ ਵਾਲੀ ਹੈਗੀਆਂ ਹੈਗੀਆਂ ਹਾਂਜੀ ਚਲੋ ਠੀਕ ਹੈ ਕੀ ਕੀ ਪੜਦੇ ਹੋ ਮੈਂ ਆਰਟਸ ਰੱਖੀ ਆ ਅੱਛਾ ਹਾਂਜੀ ਫੇਵਰਿਟ ਸਬਜੈਕਟ ਕਿਹੜਾ ਇਕਨੋਮਿਕਸ ਇਕਨੋਮਿਕਸ ਹਾਂਜੀ ਸਪੈਲਿੰਗ ਇਕਨੋਮਿਕਸ ਦੇ ਇਹਨਾਂ ਦਾ ਹੁੰਦਾ ਈ ਸੀ ਓ ਐਨ ਓ ਐਮ ਆਈ ਸੀ ਐਸ ਐਮ ਆਈ ਐਕਸ ਹੁੰਦਾ ਐਮ ਆਈ ਸੀ ਐਕਸ ਹੁੰਦਾ ਐਮ ਆਈ ਐਕਸ ਹੁੰਦਾ ਨਾ ਹਾਂ ਨਹੀਂ ਪੜਦੀ ਏ ਝੂਠ ਮਾਰੀ ਜਾਂਦੀ ਹੈ ਪੜਦੀ ਹੈ ਜੀ ਪੜਦੀ ਚਲ ਠੀਕ ਹੈ ਸਪੈਲਿੰਗ ਦਾ ਠੀਕ ਹੈ ਮੈਂ ਤੋਂ ਆਵਾਜ਼ ਮਾਰੀ ਕਿਸੇ ਟੀਚਰ ਦੀ ਨਾ ਇਹ ਡਾਂਸ ਬੜਾ ਵਧੀਆ ਕਰਦੀ ਹੈ ਕਿੱਥੇ ਗਿਆ ਆ ਰਿਹਾ ਇੱਥੇ ਕਿਸੇ ਦੇ ਕੱਟ ਬੜੇ ਨੇ ਮੇਰੇ ਵਾਂਗੂ ਕਿਸੇ ਦੇ ਵਾਲ ਤਿੱਕੇ ਤਿੱਕੇ ਨੇ ਤਿੱਕੇ ਤਿੱਕੇ ਵਾਲਾਂ ਵਾਲੇ ਬਹੁਤ ਨੇ ਨਾ ਇੱਥੇ ਹੈ ਨਾ ਤੁਸੀਂ ਵੀ ਲਾਇਆ ਕੁਛ ਵਾਲਾਂ ਤੇ ਦੱਸ ਦੇ ਮੈਨੂੰ ਦੱਸ ਦੇ ਮੇਰਾ ਵਾਸ ਆਇਲ ਲਾਇਆ ਕੀ ਲਾਇਆ ਆਇਲ ਆਇਲ ਕਿਹੜਾ ਆਇਲ ਕਿਹੜਾ ਆਇਲ ਲਾਇਆ ਦੱਸ ਦੇ ਦੱਸ ਦੇ ਮੈਨੂੰ ਤੂੰ ਤਾਂ ਨਹੀਂ ਭਰਾ ਦੀ ਜੈਲ ਲਾਈ ਵੈਕਸ ਨਹੀਂ ਆਇਲ ਲਾਇਆ ਕਿਹੜਾ ਆਇਲ ਤੂੰ ਦੱਸ ਦੇ ਮੈਂ ਚੱਕ ਕੇ ਲਿਆ ਨਾ ਤੈਨੂੰ ਮੈਂ ਚੱਕ ਲਾ ਨਾ ਚੱਕ ਲਾ ਚੱਕ ਲਾ ਨਹੀਂ ਦੇਖ ਲਾ ਚੱਕ ਲਾ ਕਿਹੜੀ ਕਲਾਸ ਚ ਯੂਕੇਜੀ ਯੂਕੇਜੀ ਤੇ ਕੀ ਕਰਦੇ ਹੋ ਕੀ ਕਰਦੇ ਹੋ ਕੰਮ ਕਿਹੜਾ ਕੰਮ ਸਰਕਾਰੀ ਦਫ਼ਤਰ ਚ ਲੱਗੇ ਹੋ ਬਿਜਲੀ ਬੋਰਡ ਤੇ ਲੱਗੇ ਹੋ ਟੈਲੀਵਿਜ਼ਨ ਨੂੰ ਬੈਠ ਗਏ ਕੀ ਹਾਲ ਚਾਲ ਠੀਕ ਹੈ ਜੀ ਕਿੱਥੋਂ ਦੇ ਆਪਾਂ ਸਾਨੇਵਾਲ ਮੈਨੂੰ ਲੱਗਦਾ ਤੁਸੀਂ ਵਿਆਹ ਤੋਂ ਆਏ ਹੋ ਨਹੀਂ ਕਿ ਵਿਆਹ ਤੇ ਚੱਲੇ ਹੋ ਜਾਣਾ ਵੀ ਨਹੀਂ ਆਉਣਾ ਵੀ ਨਹੀਂ ਆਉਣਾ ਵੀ ਨਹੀਂ ਜਾਣਾ ਵੀ ਨਹੀਂ ਸਕੂਲ ਆਏ ਹੋ ਇੰਨੇ ਤਿਆਰ ਸ਼ਹਿਰ ਹੋ ਕੇ ਚੱਕਰ ਕੀ ਆ ਬਰਥਡੇ ਤਾਂ ਨਹੀਂ ਹੈਪੀ ਬਰਥਡੇ ਨਹੀਂ ਬਰਥਡੇ ਨਹੀਂ ਹੈਗਾ ਫਿਰ ਅਟਾਈ ਦਾ ਕੀ ਹਾਲ ਕੀਤਾ ਰੋਂਦੀ ਵੀ ਵਿਚਾਰੀ ਅਟਾਈ ਦਾ ਕੀ ਹਾਲ ਕੀਤਾ ਬੰਨੀ ਨਹੀਂ ਆਉਂਦੀ ਆਉਂਦੀ ਆ ਬੰਨ ਕੇ ਵਗਾ ਮੈਂ ਕਿਵੇਂ ਮੰਨਾਂ
ਟਾਈ ਪਾਨ ਕਿਉਂ ਖਾ ਨਹੀਂ ਆਉਂਦੀ ਨਾ ਬੰਨੀ ਨਹੀਂ ਆਉਂਦੀ ਨਾ ਹੈ ਆਉਂਦੀ ਟਾਈ ਬੰਨੀ ਨਹੀਂ ਨਹੀਂ ਆਉਂਦੀ ਫਿਰ ਪਹਿਲਾਂ ਕਿਉਂ ਕਿਆ ਆਉਂਦੀ ਹੈ ਝੂਠ ਮਾਰਦਾ ਕੈਮਰੇ ਤੇ ਬੜਿਆ ਗਿਆ ਉਹਨੂੰ ਟਾਈ ਟੂ ਸਿਖਾ ਦਿਓ ਕੋਈ ਬੰਨੀ ਨਹੀਂ ਆਉਂਦੀ ਆਹ ਵੇਖੋ ਵਿਚਾਰੀ ਦੀ ਟਾਈ ਰੋਂਦੀ ਕੋਈ ਗੱਲ ਨੀ ਅੱਜ ਮੈਂ ਟਾਈ ਸਿਖਾਉਂਦਾ ਤੈਨੂੰ ਬਾਹਰ ਕੱਢ ਤੈਨੂੰ ਅੱਛਾ ਟਾਈ ਹੈ ਹੀ ਏਦਾਂ ਦੀ ਇਹ ਟਾਈ ਦਾ ਨੀ ਇਹਦਾ ਨੀ ਕਸੂਰ ਟਾਈ ਦਾ ਹੀ ਕਸੂਰ ਹੈ ਕੋਈ ਗੱਲ ਨੀ ਉਹ ਸ਼ਰਮਾਈ ਕਾਹਤੋਂ ਜਾਣਾ ਉੱਧਰ ਦੇਖ ਬਾਏ ਬਾਏ ਕਿਆ ਅਗਲੀ ਵਾਰੀ ਟਾਈ ਨਵੀਂ ਲੈ ਕੇ ਆਊਂਗਾ ਅਗਲੀ ਵਾਰੀ ਟਾਈ ਨਵੀਂ ਲੈ ਕੇ ਆਊਂਗਾ ਠੀਕ ਹੈ ਠੀਕ ਹੈ ਤੇ ਪੰਜਾਬੀ ਵੀ ਅੜਦੀ ਲੱਗਦੀ ਮੈਨੂੰ ਹਾਂਜੀ ਕੀ ਕਰੋਗੇ ਫਿਰ ਗਾਣਾ ਗਾਣਾ ਕਿਹੜਾ ਬੌਸ ਹੈ ਬੌਸ ਬੌਸ ਉਹ ਕਿਹੜਾ ਗਾਣਾ ਜਸ ਮਾਣਕਾ ਅੱਛਾ ਮਾਣਕਾ ਦਾ ਮੁੰਡਾ ਸਮਝੀ ਨਾ ਗੁੰਡਾ ਗੁੰਡਾ ਤਾਂ ਨੀ ਤੂੰ ਨਹੀਂ ਚੱਲ ਠੀਕ ਹੈ ਸੁਣਾ ਦੇ ਗਾਣਾ ਜਨ ਇਨ ਦਾ ਹਾਊਸ ਬੇਬੀ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਗੇਮ ਜਨ ਇਨ ਦਾ ਹਾਊਸ ਬੇਬੀ ਜਸ ਮਾਨਕ ਸ਼ਾਂਤ ਹਾਂ ਦੁਬਾਰਾ ਇੱਕ ਵਾਰੀ ਹੋਰ ਗੇਮ ਜਨ ਇਨ ਦਾ ਹਾਊਸ ਬੇਬੀ ਜਸ ਮਾਨਕ ਅੱਛਾ ਸਾਰੇ ਕਰਾਂਗੇ ਠੀਕ ਹੈ ਸਭ ਨੇ ਕਰਨਾ 1 2 3 ਉਸ ਦਿਨ ਨੰਬਰ ਰੇਂਜ ਦੀਆਂ ਕਾਰਾਂ ਜਦੋਂ ਜੱਟ ਨਿਕਲੇ ਤੱਕ ਦੀਆਂ ਨਾਰਾਂ ਤੇਰੇ ਟਨ ਗੇੜਾ ਇੱਕ ਹੀ ਬਥੇਰਾ ਬੈਰੀਆਂ ਨੇ ਸੈਣੀਆਂ ਨੀ ਹੱਡਾਂ ਉੱਤੇ ਮਾਰਾਂ ਮਾਨਕਾ ਦਾ ਮੁੰਡਾ ਸਮਝੀ ਨਾ ਗੁੰਡਾ ਨਾਮ ਪਿੱਛੇ ਸਿੰਘ ਰਿਮ ਨਾਮ ਪਿੱਛੇ ਸਿੰਘ ਚੋਟੀ ਦੇ ਸ਼ੌਕੀਨ ਡੈਂਜਰ ਨੇ ਸੀਨ ਕੱਢਣਾ ਤੂੰ ਅੱਖਾਂ ਕੋਲੇ ਮੈਂ ਗਨਮ ਰੱਖਾਂ ਗੱਡੀ ਮੇਰੀ ਕਾਲੀ ਵਿੱਚ ਹੀ ਅੱਕੇ 47 ਯਾਰ 4-5 ਖਾਸ ਮੇਰੇ ਲੱਖਾਂ ਕੀ ਹਾਲ ਠੀਕ ਹੈ ਜੀ ਵਾਲਾਂ ਤੋਂ ਤਾਂ ਲੱਗਦਾ ਮੇਰੇ ਵਾਂਗੂ ਤੂੰ ਵੀ ਨਾ ਕੇ ਨਹੀਂ ਆਇਆ ਨਹੀਂ ਨਾ ਕੇ ਆਇਆ ਸੀਗਾ ਵਾਲ ਖਰਾਬ ਹੋ ਗਏ ਨਾ ਕੇ ਆਇਆ ਸੀਗਾ ਕਿਵੇਂ ਖਰਾਬ ਹੋ ਗਏ ਹੈਲਮਟ ਪਾਇਆ ਸੀ ਨਹੀਂ ਨਹੀਂ ਸਕੂਲ ਬੱਸ ਚ ਬਾਹਰ ਗਰਦਨ ਬਾਹਰ ਹੋ ਬੱਸ ਚ ਉਹ ਹਵਾ ਕਰਕੇ ਆਏ ਹੋਗੇ ਤੂੰ ਬਾਹਰ ਚਲ ਜਾਣਾ ਜਾਣਾ ਨਹੀਂ ਹਲੇ ਖੜ ਕੇ ਜਾਣਾ ਹੈ ਪਲਾਨ ਪਲਾਨ ਤਾਂ ਹੈਗਾ ਤੁਸੀਂ ਵੱਡੇ ਹੋਰ ਵੱਡੇ ਹੋ ਕੇ ਸੀਏ ਕਰਨੀ ਸੀਏ ਕਰਨੀ ਆ ਹਾਂ ਪੱਕੀ ਗੱਲ ਆ ਪੱਕੀ ਗੱਲ ਆ ਸੀਏ ਚ ਕੀ ਕਰੀਦਾ ਸੀਗੇ ਅਕਾਊਂਟੈਂਟ ਪਹਿਲਾਂ ਬੀ ਏ ਕਰਨੀ ਪਊ ਨਾ ਫਿਰ ਸੀ ਏ ਕਰੇ ਨਹੀਂ ਨਹੀਂ ਪੀ ਏ ਨਹੀਂ ਪਹਿਲਾਂ ਬੀ ਕੌਮ ਨਹੀਂ ਨਹੀਂ ਪਹਿਲਾਂ ਬੀ ਕੌਮ ਫਿਰ ਸੀ ਏ ਅੱਛਾ ਪਹਿਲਾਂ ਬੀ ਕੌਮ ਫਿਰ ਸੀ ਏ ਪੱਕੀ ਗੱਲ ਹੈ ਹਾਂ ਪੱਕੀ ਗੱਲ ਚਲੋ ਵਧੀਆ ਪਹਿਲਾ ਮੁੰਡਾ ਆਇਆ ਨਾ ਜਿਹੜਾ ਕਹਿੰਦਾ ਕਿ ਪੜ੍ਹਨਾ ਔਖਾ ਹੀ ਅੱਜ ਕੱਲ੍ਹ ਪੜ੍ਹਾਈ ਤਾਂ ਦੇਖਦੇ ਹਾਂ ਕਿ ਸੋਚਿਆ ਬਾਕੀ ਕੀ ਲੈ ਕੇ ਜਾਂਦੇ ਤੁਹਾਡਾ ਫਰੈਂਡ ਕੌਣ ਇੱਥੇ ਬੈਸਟ ਫਰੈਂਡ ਕਿਹੜਾ ਬੈਸਟ ਫਰੈਂਡ ਦਾ ਵਧੀਆ ਫਰੈਂਡ ਆਪਦੇ ਨੂੰ ਬੁਲਾ ਲਾ ਉਹੀ ਆ ਪਾਰਸ ਪਾਰਸ ਹਾਂ ਪਾਰਸ ਆ ਜਾ ਪੁੱਤ ਇੱਕ ਦੂਜੇ ਬਾਰੇ ਪੁੱਛਦੇ ਹਾਂ ਠੀਕ ਹੈ ਜਿਹੜਾ ਗਲਤ ਹੋਇਆ ਨਾ ਉਹਨੂੰ ਇੱਕ ਲੱਤ ਤੇ ਐਂ ਚੱਕਰ ਕੱਟਣੇ ਪੈਣੇ ਠੀਕ ਠੀਕ ਹੈ ਓਕੇ ਜਵਾਬ ਨਹੀਂ ਦੱਸਣੇ ਇੱਕ ਦੂਜੇ ਨੂੰ ਠੀਕ ਹੈ ਅੱਛਾ ਓਕੇ ਇਹਦਾ ਫੇਵਰੇਟ ਸਬਜੈਕਟ ਕਿਹੜਾ ਹਾਂ ਦੱਸ ਦੇ ਕਿਹੜਾ ਸਾਰੀ ਆਪਣੇ ਫੇਵਰੇਟ ਨੇ ਅੱਛਾ ਇਹਦਾ ਕਿਹੜਾ ਇਹ ਤਾਂ ਜਿਹੜਾ ਮਰਜ਼ੀ ਕਰ ਲਓ ਸਾਰੀ ਫੇਵਰੇਟ ਇੱਦਾਂ ਦਾ ਫਿਰ ਸਭ ਕੁਝ ਐਂ ਚੱਲੂਗਾ ਬਟ ਕੋਈ ਗੱਲ ਕੋਈ ਗੱਲ ਚਲਾ ਲੇਗਾ ਮੋਟਰਸਾਈਕਲ ਪੱਕੀ ਗੱਲ ਆ ਪੱਕੀ ਗੱਲ ਆ ਥੱਕ ਗਿਆ ਚਲ ਕੋਈ ਗੱਲ ਨਹੀਂ ਚਲਾ ਲੇਗਾ ਨਾ ਇਹਨੂੰ ਮਾੜੀ ਹਰੀ ਸਬਜ਼ੀਆਂ ਖਵਾ ਜਾ ਕੇ ਚਲ ਠੀਕ ਆ ਓਕੇ ਜੀ ਕੀ ਹਾਲ ਚਾਲ ਹੈ ਕੀ ਨਾਮ ਆਪਣਾ ਅਸ਼ਵੀਰ ਅਸ਼ਵੀਰ ਹਾਂਜੀ ਕੀ ਆਪਣਾ ਕਿਹੜਾ ਸਬਜੈਕਟ ਫੇਵਰੇਟ ਤੁਹਾਡਾ ਸਬਜੈਕਟ ਇੰਗਲਿਸ਼ ਪੜ੍ਹਦੇ ਹੋ ਯੂ ਗੁੱਡ ਇੰਗਲਿਸ਼ ਯੈਸ ਯੈਸ ਟੀਚ ਮੀ ਸਮਥਿੰਗ ਇਨ ਇੰਗਲਿਸ਼ ਹਾਊ ਆਰ ਯੂ ਓਹ ਵਾਹ ਇਹ ਬੜੀ ਨਵੀਂ ਚੀਜ਼ ਦੱਸੀ ਹੈ ਕੋਈ ਹੋਰ ਦੱਸ ਦੇ ਹੋਰ ਕੀ ਦੱਸਾਂ ਵੀਰੇ ਹੈ ਕੀ ਦੱਸੀ ਹੈ Talk in English to me, man. Yeah.
ਬੋਲ ਗਿਆ ਹੁਣੇ ਹਾਂਜੀ ਦੱਸੋ ਸੀ ਫਿਰ ਬੋਲੀ ਕਿੰਨੇ ਨੰਬਰ ਆਂਦੇ ਇੰਗਲਿਸ਼ ਚ ਤੇਰੇ ਵਧੀਆ ਆਂਦੇ ਉੱਚੀਆਂ ਨੇ ਗੱਲਾਂ ਤੇਰੇ ਆਦੀ ਅੰਗਰੇਜ਼ੀ ਚ ਗਾ ਦੇ ਉੱਚੀਆਂ ਹਾਈ ਹਾਈ ਟਾਕਸ ਆਫ ਯਰ ਫਰੈਂਡ ਗਾ ਨਾ ਕਿਵੇਂ ਤੂੰ ਗੱਭਰੂ ਨੂੰ ਮੰਨਿਆ ਨਾ ਮੰਨਿਆ ਲੜੇ ਯੂ ਬਲੀਵ ਇਨ ਦਾ ਬੋਏ ਔਰ ਨਾਟ ਠੀਕ ਹੈ ਚਲ ਅਗਲੀ ਵਾਰੀ ਸਿੱਖੀ ਆਈ ਠੀਕ ਹੈ ਓਕੇ ਹੋਰ ਸੁਣਾਓ ਕੀ ਖਾ ਕੇ ਆਇਆ ਅੱਜ ਸਵੇਰੇ ਕੁਛ ਨਹੀਂ ਕੁਛ ਵੀ ਨਹੀਂ ਤੇ ਸ਼ਾਮੀ ਕੀ ਖਾਣਾ ਕੁਛ ਵੀ ਨਹੀਂ ਹਾਂ ਪਤਾ ਨਹੀਂ ਹੁਣ ਕੁਛ ਖਾ ਕੇ ਨਹੀਂ ਆਇਆ ਸਵੇਰੇ ਕੁਛ ਖਵਾਉਂਦੇ ਨਹੀਂ ਕਰਦੇ ਤੈਨੂੰ ਮੈਂ ਖਾਂਦਾ ਨਹੀਂ ਕਿਉਂ ਜੀ ਨਹੀਂ ਕਰਦਾ ਤੂੰ ਦਿਮਾਗ ਖਾਂਦਾ ਉਹਨਾਂ ਦਾ ਪਤਾ ਲੱਗ ਗਿਆ ਮੈਨੂੰ ਨਹੀਂ ਖਾਂਦਾ ਨਹੀਂ ਆ ਦੰਦ ਕਿੱਥੇ ਗਿਆ ਵਿੱਚ ਵਾਲਾ ਕਢਾਇਆ ਸੀਗਾ ਮਾਂ ਬਿੱਲੀ ਲੈ ਗਈ ਕਢਾਇਆ ਸੀ ਕਿਉਂ ਕੀੜਾ ਲੱਗ ਗਿਆ ਸੀ ਕੀੜਾ ਲੱਗ ਗਿਆ ਸੀ ਤੇ ਤੂੰ ਕੀੜੇ ਨੂੰ ਲੱਗ ਜਾਣਾ ਸੀ ਹੈਂ ਸਾਮ ਕੇ ਨੀ ਕਿਤੇ ਸੋਹਣੀਏ ਤੜਕ ਨਾ ਜਾਵੇ।
ਕਿੱਦਾਂ ਜੀ ਅਸੀਂ ਹੈਗੇ ਆ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਟੀਚਰਸ ਦੇ ਨਾਲ ਤੇ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਧੀਆ ਜੀ ਜੋਸ਼ ਕਿੱਦਾਂ ਦਾ ਜੋਸ਼ ਚੈਨਲ ਤਾਂ ਵਧੀਆ ਚੈਨਲ ਵੀ ਵਧੀਆ ਤੇ ਜੋਸ਼ ਵੈਸੇ ਵੀ ਵਧੀਆ ਤੁਹਾਡਾ ਜੋਸ਼ ਠੀਕ ਹੈ ਇਸ ਟਾਈਮ ਬਿਲਕੁਲ ਬਿਲਕੁਲ ਅੱਛਾ ਤੇ ਕੀ ਤੁਸੀਂ ਪ੍ਰਿੰਸੀਪਲ ਹੋ ਨਾ ਸਕੂਲ ਦੇ ਪ੍ਰਿੰਸੀਪਲ ਮੈਡਮ ਨੇ ਅੰਮ੍ਰਿਤਪਾਲ ਮੈਡਮ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਸ਼ੀ ਇਜ਼ ਮਾਈ ਵਾਈਫ ਤੇ उल्टी गिनती इंग्लिश चलो गेंद दो एक करी 10 10 9 8 7 6 5 4 3 2 1 अच्छा सर एक करी ना तुसी गुस्सा करके दिखाना जिद्दां दे उत्ते गुस्सा कैमरे गुस्सा आउंदा नहीं है जी मैनू मैं उत्ते खड़ा खड़ा डरी जाना कहंदे गुस्सा नहीं आंदा अच्छा तुसी ना कैमरा मैं खुश ही रहना जी हमेशा गुस्सा आउंदा नहीं मैनू मैं देखिया सी खुशी तुहाडी जे ओनू खुशी कहंदे तां फिर हासा तां फिर की होऊगा मजदूर का हाथ है डीपी तो व्हाट्सएप पे लाई दी होंगी नहीं डीपी मतलब मैं समझा नहीं अच्छा पीटी टीचर ओके 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 फिर तो तुम खटकैंतरी कर दोगे पूरी नहीं नहीं किसी ने कुछ नहीं नहीं लोड़ ही नहीं पहनती नहीं नहीं अच्छा ही रोब है अच्छा डायलॉग बोल दो एक करी बस जी जब मैं बच्चे ने डांट दिया चुप कर दे तू ओए चुप कर जा बस थैंक यू सर थैंक यू सो मच मैडम जी सत श्री अकाल सत श्री अकाल जी आ जाओ हिमाचल तो आयो नहीं जी हिमाचल तो मैं कदे गई नहीं गए नहीं घूम फिर आया करो छुट्टियां पैन वाली हां जी जावांगे कोई नहीं लैके नहीं जाते घर करे कोई नहीं लैके नहीं जाते तुहाडे बच्चे हैगे हां जी की करदे आ मेरा एक बेटा है की करदा हां जी कोर्स कर रहा अरे इत्थी हां जी तो लेके जाओ ना मुंडे नु घुमाओ शुमाओ हां जी घुमावांगे थोड़ा वधिया बन गया हुण हां जी है ना तो की पढ़ांदे हो तुसी मैं सेकंड क्लास दी इंचार्ज टीचर हां इंचार्ज टीचर हां जी ठीक है ਤੁਹਾਡੀ ਤਾਂ ਨਹੀਂ ਫੈਮਿਲੀ ਇੱਥੇ ਨਹੀਂ ਜੀ ਹੈਲੋ ਹੈਲੋ ਜੀ ਕਿਦਾਂ ਜੀ ਕੀ ਹਾਲ ਚਾਲ ਕਿੱਥੋਂ ਦੇ ਤੁਸੀਂ ਮੈਂ ਹੀਰਾ ਤੋਂ ਆ ਅੱਛਾ ਨੇੜੇ ਤੜੀ ਪੈਂਦਾ ਹਾਂਜੀ ਹੀਰੇ ਵਰਗੇ ਬੱਚੇ ਹੈਗੇ ਤੁਹਾਡੇ ਕਿ ਨਹੀਂ ਹਾਂਜੀ ਬਿਲਕੁਲ ਹੀਰੇ ਵਰਗੇ ਨੇ ਪਿਓਰ ਡਾਇਮੰਡ ਸੁਣ ਲੈਂਦੇ ਨੇ ਗੱਲਾਂ ਹਾਂਜੀ ਕਿ ਸਿਰਫ ਕੈਮਰੇ ਵਾਸਤੇ ਬੋਲ ਰਹੇ ਹੋ ਨਹੀਂ ਨਹੀਂ ਵਾਕਈ ਸੁਣ ਲੈਂਦੇ ਨੇ ਪੜਦੇ ਪੁੱਟਦੇ ਹੈ ਗੱਲ ਨਹੀਂ ਪੜਦਾ ਉਹਨੂੰ ਕਿਵੇਂ ਸੂਟ ਕਰਦੇ ਹੋ ਉਹਨੂੰ ਬਸ ਪਿਆਰ ਨਾਲ ਹੀ ਪਿਆਰ ਨਾਲ ਹਾਂਜੀ ਜਦ ਤੱਕ ਤੇ ਪਿਆਰ ਨਾਲ ਹੁੰਦਾ ਆ ਉਹ ਚਪੇੜਾ ਮਾਰਦੀ ਆ ਨਾ ਪਿਆਰ ਨਾਲ ਪਿਆਰ ਹੀ ਹਾਂਜੀ ਹਾਂਜੀ ਹੈ ਨਾ ਹੈਲੋ ਮੈਮ ਹੈਲੋ ਆਪਾਂ ਕਿੱਥੋਂ ਦੇ ਹੀਰਾ ਸਿੰਘ ਹੀਰਾ ਸਿੰਘ ਹਾਂਜੀ ਇਕੱਠੇ ਆਂਦੇ ਹੋਗੇ ਫਿਰ ਹਾਂਜੀ ਸਕੂਟਰੀ ਤੇ ਕਿ ਗੱਡੀ ਤੇ ਸਕੂਲ ਬੱਸ ਸਕੂਲ ਬੱਸ ਤੇ ਹਾਂਜੀ ਫਿਰ ਤਾਂ ਬੱਚੇ ਸ਼ਰਾਰਤ ਕਿੱਥੇ ਕਰਦੇ ਹੋਣਗੇ ਹਾਂਜੀ ਨਹੀਂ ਸਕੂਲ ਬੱਸ ਤੇ ਟੀਚਰ ਨਹੀਂ ਹੋਣੀਆਂ ਚਾਹੀਦੀਆਂ ਬੱਚਿਆਂ ਨੂੰ ਥੋੜੀ ਸ਼ਰਾਰਤ ਕਰਨੀ ਚਾਹੀਦੀ ਨਾ ਕਿ ਨਹੀਂ ਹਾਂ ਉਹਨਾਂ ਤਾਂ ਚਾਹੀਏ ਵੈਸੇ ਤੋ ਤੁਸੀਂ ਫਿਰ ਕੀ ਪਲਾਨ ਚੇਂਜ ਹੈ ਤੁਹਾਡਾ ਹੁਣ ਬੱਸ ਤੇ ਆਓਗੇ ਕਿ ਨਹੀਂ ਨਹੀਂ ਬੱਸ ਤੇ ਹੀ ਆਵਾਂਗੇ ਬੱਸ ਤੇ ਆਵਾਂਗੇ ਮੈਂ ਕਿਹਾ ਕੀ ਗੱਲ ਮਤਲਬ ਮੇਰੀ ਗੱਲ ਦਾ ਕੋਈ ਫਰਕ ਪੈ ਗਿਆ ਹੋਵੇ ਨਹੀਂ ਆਪ ਵੀ ਟੀਚਰ ਹੋ ਹਾਂਜੀ ਅੱਛਾ
शो हासिया खेडिया जोश पंजाब दा दे विच तुसीं देख रहे सी दशमेश पब्लिक सीनियर सैकेंडरी स्कूल कोहाड़ा दे विच ते एदां ही साडे शो नूं प्यार देंदे रहो जे नहीं दित्ता तां चंगा नहीं लगूगा होर की है प्यार देंदे रहो शेयर करदे रहो चंगा बाय बाय सारी दुनिया च जाके वेख ले।